हाँ जी दोस्तों, अज असी मतलब अहमदाबाद तो बॉम्बे नू निकल रहे हैं। अज साडा हैगा वा घरों निकलिया होया तीजा दिन, तो अज असी बॉम्बे शाम तक पहुँच जाएंगे। तो थोड़ा जिहा टायर्डनेस है, लेकिन इंजॉय भी बहुत कर रहे हैं। तो इस करके तुहानू हुण तीजे दिन जिहड़ा अहमदाबाद तो बॉम्बे का सफर है वह भी तुहानू साझा करांगे। थैंक यू। लो जी, होटल तो हो रहे हैं एग्जिट, फड़दे हुण बॉम्बे वाला रोड। तो ये अहमदाबाद शहर चो बाहर निकल रहे हैं। अहमदाबाद शहर का जिहड़ा मॉडल आ विच बसा चलण वाला, सेम इदा ही रोड जिहड़े अमृतसर दे विच भी बने हुए आ, कि बसा लई जिहड़ी लोकल बसा उन्हां दा विच रोड अलग है। अहमदाबाद च भी इदा ही है। एक्सप्रैस वे आ वडोदरा तक जाता, 93 किलोमीटर का यह एक्सप्रैस है। ये उत्ते गड्डी गई है चढ़, ये हुण वडोदरा इतों ही जाना पैना वा। मतलब ये हैगा वा 93 किलोमीटर का रोड एक्सप्रैस वे। लग गई सी भुख ते पहुंचे हुए आपां सूरत दे नेड़े, ते आ सानू मिल गया जे इक ढाबा, ते नाल ही होटल है प्योर वेज। इत्थे खावांगे रोटियां, ते फिर दसदे आं तुहानू अगली गल बात। चलो जी मिलदे आं फिर, जल्दी तुहानू दिखाउने आं नवीं कोई गल बात। लो जी, खाना बड़ा स्वाद सी, ते ज़्यादा ही खा लिया थोड़ा जिहा। हुण हौली हौली चल रहे हैं। देखो साढ़े अगे बड़े बड़े ट्रक लगे आ, पता नहीं कि पतीले जे लई जांदा ही। ये हुण समझो बाहर चीज़ है साढ़े जो लद्या उत्ते। लो जी इदा तुहानू वखरी वखरी चीज़ां दिखाउने आ बॉम्बे नूं हुण जा रहे हैं। ते मीटर तो महाराष्ट्र स्टेट जी शुरू हो जानी है, गुजरात जी खत्म कर ली आप, महाराष्ट्र शुरू हो रही है स्टेट। दिखाने तुम लो भी इतों शुरू हो गया जे बालबरिंगा जिया तो महाराष्ट्र, इतों महाराष्ट्र स्टेट जड़ी है शुरू हो गई। माड़ा ड्राइवर तो नहीं इतने काट कर सकता, लेको
क्या क्या आइटमां बेच रहे हैं ऑन रोड। देखो एक जिक्किया बना दी जो पांच बिल्डिंगा किसी ने
ਵੈਸਟ ਵੱਲ ਨੂੰ ਐਂਟਰ ਹੋਣ ਲੱਗੇ ਹਾਂ ਹਾਈਵੇ ਤੋਂ। ਟ੍ਰੈਫਿਕ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਬੰਬੇ 'ਚ, ਵੈਸੇ ਹੁਣ ਮੈਟਰੋ ਬਣ ਚੁੱਕੀ ਹੈ ਪਰ ਟ੍ਰੈਫਿਕ ਫਿਰ ਵੀ ਤੁਹਾਨੂੰ ਫੁੱਲ ਬਟਾ ਫੁੱਲ ਹੀ ਮਿਲੇਗਾ। ਲਓ ਜੀ ਤੀਜੇ ਦਿਨ, ਮਤਲਬ ਰਾਤ ਨਹੀਂ ਕਹਿ ਸਕਦੇ, ਰਾਤ ਅਸੀਂ ਹੋਟਲ ਲੈ ਕੇ ਸੌਂ ਜਾਂਦੇ ਸੀ ਅਤੇ ਤੀਜੇ ਦਿਨ ਅਸੀਂ ਇੱਥੇ 6:30 ਜਿਹੜਾ ਵਾ ਬੰਬੇ ਦੇ ਵਿੱਚ ਪਹੁੰਚ ਗਏ ਹਾਂ। ਲੋਖੰਡਵਾਲਾ ਸਰਕਲ 'ਤੇ ਖੜ੍ਹੇ ਹਾਂ ਅਤੇ ਇੱਥੋਂ ਤੱਕ ਸਾਡੇ ਕੋਲ ਗੱਡੀ ਆ ਕੀਆ ਕੇਰੰਸ, ਜਿਹਦਾ ਤੇਲ ਲੱਗਿਆ ਡੀਜ਼ਲ 10,000 ਰੁਪਈਏ ਦਾ, ਅਤੇ ਇੱਥੋਂ ਤੱਕ ਟੋਲ ਲੱਗਿਆ ਜਿਹੜਾ ਇੱਕ ਪਾਸੇ ਦਾ ਹੁਣ ਤੱਕ, ਜਿਹੜਾ ਮੋਹਾਲੀ ਤੋਂ ਲੈ ਕੇ ਮੁੰਬਈ ਤੱਕ ਲੋਖੰਡਵਾਲਾ ਤੱਕ ਇੱਥੋਂ ਤੱਕ ਟੋਲ ਲੱਗਿਆ 2,500 ਰੁਪਈਏ ਦਾ, ਅਤੇ ਇਹ ਮੇਨ ਜਿਹੜਾ ਇਹ ਖਰਚਾ ਵਾ। ਬਾਕੀ ਤਾਂ ਹੋਟਲ ਤੁਹਾਡੀ ਜਿੰਨੀ ਕੁ ਸ਼ਮਤਾ ਵਾ, ਜਿਹੜੇ ਜਿਹੜੇ ਹੋਟਲਾਂ 'ਚ ਤੁਸੀਂ ਠਹਿਰ ਸਕਦੇ ਹੋ, ਜਿਵੇਂ ਜਿਵੇਂ ਦਾ ਖਾਣਾ ਖਾ ਸਕਦੇ ਹੋ ਅਤੇ ਉਸ ਤਰ੍ਹਾਂ ਤੁਸੀਂ ਰਹਿ ਸਕਦੇ ਹੋ। ਇਹ ਜਿਹੜਾ ਤੇਲ ਦਾ ਅਤੇ ਟੋਲ ਦਾ ਖਰਚਾ ਇੰਨਾ ਹੀ ਆ, ਮਤਲਬ 10,000 ਦਾ ਇੱਕ ਪਾਸੇ ਦਾ ਤੇਲ, ਮਤਲਬ ਆਉਣ ਜਾਣ ਦਾ 20,000 ਦਾ ਲਾ ਲਓ, 5,000 ਦਾ ਜਿਹੜਾ ਤੁਹਾਡਾ ਟੋਲ ਆਉਣ ਜਾਣ ਦਾ, ਅਤੇ ਇਹ ਹੋ ਗਿਆ ਤੁਹਾਡਾ 25,000 ਰੁਪਈਆ ਜਿਹੜਾ ਬਾਏ ਰੋਡ ਮੋਹਾਲੀ ਤੋਂ ਮੁੰਬਈ ਤੱਕ ਦਾ ਖਰਚਾ। ਤੇ ਇੰਜਲ ਤੁਸੀਂ ਥੱਕੇ ਸੀ, ਥੱਕ ਗਏ ਹੋ? ਨਹੀਂ, ਹਾਈ ਫਰੈਂਡਸ, ਤੁਹਾਨੂੰ ਮਜ਼ਾ ਆਇਆ ਰੋਡ ਟ੍ਰਿਪ 'ਚ? ਯੈਸ, ਰੋਡ ਟ੍ਰਿਪ 'ਚ ਬਹੁਤ ਇੰਜਲ ਨੂੰ ਮਜ਼ਾ ਆਇਆ। ਹਾਂਜੀ, ਮੈਨੂੰ ਵੀ ਆਇਆ, ਬੜਾ ਮਜ਼ਾ ਆਇਆ। ਅੱਛਾ ਲੱਗਾ, ਚਲੋ ਜੀ, ਵੈਰੀ ਗੁੱਡ, ਫੈਮਿਲੀ ਨੂੰ ਬਹੁਤ ਅੱਛਾ ਲੱਗਾ। ਅਸੀਂ ਫਾਈਨਲੀ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਅਸੀਂ ਬੰਬੇ ਪਹੁੰਚ ਗਏ ਹਾਂ ਅਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਬਹੁਤ ਹੀ ਪਿਆਰੇ ਮਿੱਤਰ ਦੇ ਘਰ। ਅਤੇ ਚਲੋ ਫਿਰ ਦੁਬਾਰਾ ਅਸੀਂ ਵਾਪਸੀ ਦਾ ਇੱਕ ਵਧੀਆ ਵਲੌਗ ਬਣਾਵਾਂਗੇ ਅਤੇ ਉਦੋਂ ਅਸੀਂ ਹੋ ਸਕਦਾ ਵਾਇਆ ਕੋਈ ਚੇਂਜ ਕਰ ਲਈਏ, ਕੋਈ ਨਵੇਂ ਸ਼ਹਿਰ ਦਿਖਾਈਏ ਤੁਹਾਨੂੰ। ਅਤੇ ਉਦੋਂ ਤੱਕ ਲਈ ਤੁਸੀਂ ਇਹ ਜਿਹੜੀਆਂ ਸਾਡੀਆਂ ਵੀਡੀਓ ਆ ਲਾਈਕ ਕਰੋ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਥੈਂਕ ਯੂ ਜੀ, ਥੈਂਕ ਯੂ ਫਰੈਂਡ। ਛੋਟੀ ਗੱਡੀ ਬੈਟਰੀ ਵਾਲੀ, ਲਓ ਜੀ ਇਹ ਹੈ ਲੋਖੰਡਵਾਲਾ ਬੈਕ ਰੋਡ ਤੋਂ ਐਂਟਰ ਹੋ ਰਹੇ ਹਾਂ ਅਸੀਂ ਮੇਨ ਲੋਖੰਡਵਾਲਾ ਮਾਰਕੀਟ ਵੱਲ ਨੂੰ।
ਲੋਖੰਡ ਵਾਲਾ ਮਾਰਕੀਟ ਇੱਥੋਂ ਸ਼ੁਰੂ ਹੋ ਜਾਂਦੀ ਹੈ ਕਰ ਦਿਓ ਜੀ ਬੰਦ ਆਪਾਂ ਪਹੁੰਚ ਗਏ ਬੰਬੇ